ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਕਿਚਨ ਯੂਟਿਊਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ। ਅੱਜ ਅਸੀਂ ਬਹੁਤ ਹੀ ਹੈਲਦੀ ਆਟੇ ਦਾ ਪੀਜ਼ਾ ਬਣਾਵਾਂਗੇ। ਇਹ ਪੀਜ਼ਾ ਅਸੀਂ ਬਿਨਾਂ ਮੋਜ਼ਰੇਲਾ ਚੀਜ਼, ਬਿਨਾਂ ਅਵਨ ਤੇ ਬਿਨਾਂ ਈਸਟ ਤੋਂ ਬਣਾਵਾਂਗੇ। ਇਹ ਪੀਜ਼ਾ ਜਿਹੜਾ ਘਰ ਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਆਸਾਨੀ ਦੇ ਨਾਲ ਜਿਹੜਾ ਬਣਾ ਸਕਦੇ ਹਾਂ। ਸਭ ਤੋਂ ਪਹਿਲਾਂ ਪੰਜਾਬੀ ਕਿਚਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਜਿਹੜੇ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਆਟੇ ਦਾ ਪੀਜ਼ਾ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਇਹਦਾ ਡੋ ਬਣਾ ਕੇ ਤਿਆਰ ਕਰਾਂਗੇ। ਇੱਕ ਬਾਊਲ ਦੇ ਵਿੱਚ ਲਵਾਂਗੇ 1 ਕੌਲੀ ਆਟਾ। ਇਹਦੇ ਵਿੱਚ ਪਾਵਾਂਗੇ ਨਮਕ, ਇਹ ਅੱਧੇ ਚਮਚ ਤੋਂ ਥੋੜ੍ਹਾ ਘੱਟ ਹੀ ਲਿਆ ਮੈਂ। 1/4 ਚਮਚ ਬੇਕਿੰਗ ਪਾਊਡਰ, 1/4 ਚਮਚ ਬੇਕਿੰਗ ਸੋਡਾ, 1 ਛੋਟਾ ਚਮਚ ਜਿਹੜਾ ਰਿਫਾਇੰਡ ਘਿਓ ਪਾਇਆ ਅਤੇ ਮਿਲਾ ਦਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ। ਮਿਲਾ ਦਿੱਤਾ ਤਿੰਨੋਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ। ਹੁਣ ਅਸੀਂ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਜਿਹੜਾ ਇਹਦਾ ਆਟਾ ਗੁੰਨ ਲਵਾਂਗੇ। ਡੋ ਜਿਹੜਾ ਸਾਡਾ ਬਣ ਕੇ ਤਿਆਰ ਹੈ, ਇਹ ਬਿਲਕੁਲ ਆਟੇ ਦੀ ਤਰ੍ਹਾਂ ਹੈ, ਨਾ ਹੀ ਜ਼ਿਆਦਾ ਸਖ਼ਤ ਹੈ ਅਤੇ ਨਾ ਹੀ ਜ਼ਿਆਦਾ ਜਿਹੜਾ ਪਤਲਾ ਹੈ। ਹੁਣ ਅਸੀਂ ਇਹਨੂੰ 15 ਮਿੰਟ ਲਈ ਜਿਹੜਾ ਰੈਸਟ ਲਈ ਰੱਖ ਦਾਂਗੇ ਢੱਕ ਕੇ। ਜਦੋਂ ਤੱਕ ਜਿਹੜਾ ਸਾਡਾ ਆਟਾ ਜਿਹੜਾ ਸੈੱਟ ਹੁੰਦਾ ਪਿਆ ਹੈ ਉਦੋਂ ਤੱਕ ਜਿਹੜੀ ਅਸੀਂ ਕੀ ਆਪਣੀ ਵਾਈਟ ਸੌਸ ਬਣਾ ਕੇ ਤਿਆਰ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੈ ਮੋਜ਼ਰੇਲਾ ਚੀਜ਼ ਜਿਹੜੀ ਆ ਨਹੀਂ ਮਿਲਦੀ ਪਈ ਬਾਜ਼ਾਰ ਜਿਹੜਾ ਬਣਦਾ, ਅਸੀਂ ਘਰ ਦੇ ਵਿੱਚ ਜਿਹੜੀ ਆਪਾਂ ਵਾਈਟ ਸੌਸ ਬਣਾ ਕੇ ਤਿਆਰ ਕਰਾਂਗੇ। ਇਹਦੇ ਲਈ ਅਸੀਂ ਇਸ ਤਰ੍ਹਾਂ ਦਾ ਇੱਕ ਪੈਨ ਲਵਾਂਗੇ, ਇਹਦੇ ਵਿੱਚ ਪਾਵਾਂਗੇ ਬਟਰ। ਬਟਰ ਨੂੰ ਜਿਹੜਾ ਹਲਕਾ ਜਿਹਾ ਮੈਲਟ ਹੋਣ ਦੇਵਾਂਗੇ। ਗੈਸ ਜਿਹੜੀ ਤੁਸੀਂ ਮੀਡੀਅਮ ਰੱਖਣੀ ਹੈ। ਮੱਖਣ ਜਿਹੜਾ ਸਾਡਾ ਮੈਲਟ ਹੋ ਗਿਆ ਹੈ, ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 1 ਚਮਚ ਮੈਦਾ। ਮੈਦੇ ਨੂੰ ਵੀ ਪਕਾ ਲਾਂਗੇ ਇਹਦੇ ਨਾਲ ਹੀ, ਹਿਲਾਉਂਦੇ ਰਹਿਣਾ ਇਹਨੂੰ ਲਗਾਤਾਰ। ਮੈਦਾ ਵੀ ਜਿਹੜਾ ਪੱਕ ਗਿਆ ਹੈ, ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ। 1/2 ਕੱਪ ਦੁੱਧ ਲਿਆ ਹੈ, ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਹੈ ਤੇ ਨਾਲ ਨਾਲ ਇਹਨੂੰ ਹਿਲਾਉਂਦੇ ਰਹਿਣਾ ਹੈ। ਠੰਡਾ ਦੁੱਧ ਨਹੀਂ ਜਿਹੜਾ ਤੁਸੀਂ ਲੈਣਾ ਹੈਗਾ। ਅੱਧਾ ਕੱਪ ਦੁੱਧ ਜਿਹੜਾ ਮੈਂ ਪਾਇਆ ਆ ਇਹਨੂੰ ਲਗਾਤਾਰ ਜਿਹੜਾ ਹਿਲਾਉਂਦੇ ਰਹਿਣਾ ਹੈ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਕਰੀਮ ਦੀ ਫੋਰਮ ਦੇ ਵਿੱਚ ਆ ਗਿਆ ਵਾਈਟ ਸੌਸ ਜਿਹੜੀ ਸਾਡੀ ਬਣ ਕੇ ਤਿਆਰ ਆ। ਇਹਦੇ ਵਿੱਚ ਅਸੀਂ ਨਮਕ ਪਾਵਾਂਗੇ, ਮੈਂ 1/2 ਚਮਚ ਤੋਂ ਥੋੜ੍ਹਾ ਜਿਹਾ ਘੱਟ ਹੀ ਲਿਆ ਆ, ਤੁਸੀਂ ਇਹਨੂੰ ਟੇਸਟ ਕਰਕੇ ਦੇਖ ਲੈਣਾ ਹੈ, ਉਹਦੇ ਹਿਸਾਬ ਨਾਲ ਐਡਜਸਟ ਕਰ ਲੈਣਾ ਨਮਕ। ਇਸੇ ਤਰੀਕੇ ਨਾਲ 1-1.5 ਮਿੰਟ ਜਿਹੜਾ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਜਿਹੜਾ ਅਸੀਂ ਪਕਾ ਲਾਂਗੇ। 1.5 ਮਿੰਟ ਜਿਹੜਾ ਹੋ ਗਿਆ ਆ ਵਾਈਟ ਸੌਸ ਜਿਹੜੀ ਸਾਡੀ ਬਣ ਕੇ ਤਿਆਰ ਆ। ਹੁਣ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਕੱਟ ਲਾਂਗੇ ਅਸੀਂ ਭਾਂਡੇ ਦੇ ਵਿੱਚ। ਨਾਲ ਦੀ ਨਾਲ ਜਿਹੜੀ ਹੈ ਅਸੀਂ ਇੰਸਟੈਂਟ ਪੀਜ਼ਾ ਸੌਸ ਬਣਾ ਕੇ ਤਿਆਰ ਕਰਾਂਗੇ। ਪੀਜ਼ਾ ਸੌਸ ਬਣਾਉਣ ਦੇ ਲਈ ਮੈਂ ਇੱਥੇ 5 ਤੋਂ 6 ਜਿਹੜੀਆਂ ਲਸਣ ਦੀਆਂ ਕਲੀਆਂ ਲਈਆਂ ਆ ਤੇ 1/2 ਇੰਚ ਜਿਹੜਾ ਮੈਂ ਅਦਰਕ ਦਾ ਟੁਕੜਾ ਲਿਆ ਹੈ ਇਹ ਪਾ ਦਾਂਗੇ। 1 ਮੀਡੀਅਮ ਸਾਈਜ਼ ਦਾ ਪਿਆਜ਼ ਇਹਨੂੰ ਇਸ ਤਰੀਕੇ ਨਾਲ ਮੋਟਾ ਮੋਟਾ ਜਿਹੜਾ ਕੱਟ ਲਿਆ ਹੈ। 1 ਟਮਾਟਰ ਇਹਨੂੰ ਵੀ ਇਸ ਤਰੀਕੇ ਨਾਲ ਮੋਟਾ ਮੋਟਾ ਜਿਹੜਾ ਕੱਟ ਲਿਆ ਹੈ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 1/2 ਕੱਪ ਪਾਣੀ। 1/2 ਕੱਪ ਪਾਣੀ ਪਾ ਕੇ ਇਹਨਾਂ ਨੂੰ ਜਿਹੜਾ ਅਸੀਂ 5 ਤੋਂ 7 ਮਿੰਟ ਲਈ ਉਬਾਲ ਲਾਂਗੇ। 7 ਮਿੰਟ ਜਿਹੜੇ ਹੋ ਗਏ ਆ, ਇਹ ਜਿਹੜੇ ਸਾਡੇ ਟਮਾਟਰ ਤੇ ਪਿਆਜ਼ ਅਦਰਕ ਇਹ ਜਿਹੜੇ ਸਾਡੇ ਉਬਲ ਗਏ ਆ, ਹੁਣ ਇਹਨਾਂ ਗੈਸ ਬੰਦ ਕਰ ਦਾਂਗੇ। ਇਹਨਾਂ ਨੂੰ ਠੰਡਾ ਕਰਕੇ ਫਿਰ ਅਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸ ਲਾਂਗੇ। ਟਮਾਟਰ ਪਿਆਜ਼ ਜਿਹੜਾ ਅਸੀਂ ਇਹ ਇਹਨਾਂ ਨੂੰ ਉਬਾਲਿਆ ਸੀਗਾ, ਇਹ ਠੰਡਾ ਹੋ ਗਿਆ ਹੈ, ਇਹਨੂੰ ਅਸੀਂ ਜਿਹੜਾ ਮਿਕਸੀ ਦੇ ਵਿੱਚ ਪਾ ਲਾਂਗੇ ਚੋਪਰ ਦੇ ਵਿੱਚ। ਪਾਣੀ ਵੀ ਜਿਹੜਾ ਨਾਲ ਹੀ ਪਾਉਣਾ ਹੈ। ਹੁਣ ਅਸੀਂ ਇਹਨੂੰ ਪੀਸ ਲਾਂਗੇ, ਬਿਲਕੁਲ ਜਿਹੜਾ ਪੇਸਟ ਬਣਾ ਲੈਣਾ ਹੈ ਇਹਦਾ। ਹੁਣ ਅਸੀਂ ਸੇਮ ਪੈਨ ਦੇ ਵਿੱਚ ਲਵਾਂਗੇ 2 ਛੋਟੇ ਚਮਚ ਤੇਲ, ਰਿਫਾਇੰਡ ਤੇਲ ਲਿਆ ਹੈ, ਹਲਕਾ ਜਿਹਾ ਗਰਮ ਹੋਣ ਦੇਵਾਂਗੇ। ਜਿਹੜਾ ਅਸੀਂ ਪੇਸਟ ਬਣਾਇਆ ਆ ਉਹ ਅਸੀਂ ਇਹਦੇ ਵਿੱਚ ਟ੍ਰਾਂਸਫਰ ਕਰ ਦਾਂਗੇ। ਨਮਕ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ,
अपने स्वाद के हिसाब ना पाना कुछ ते एक चम्मच जेड़ा मैं लाल मिर्च पाउडर पाउन लगी हाँ ये नाल जेड़ा रंग भी वधिया आऊगा सॉस का ते खाने दे विच भी वधिया लगेगा। हुण असीं इहनू 5 मिनट लई जेड़ा लो फ्लेम ते जेड़ा असीं इहनू पकाना है जदों तक ये जेड़ा अपना चंगे तरीके नाल जेड़ा घिओ नहीं छड्ड दिंदा ढक देंगे नहीं। तुसीं देख सकते हो टमाटर जेड़े साडे चंगे तरीके नाल पक गए इन्होंने अपना जेड़ा तेल आ घिओ आ चंगे तरीके नाल छड्ड दिता है। गैस जेड़ा बंद कर देंगे ते इहनू ठंडा करके किसी भांडे दे विच कढ लेंगे। डो नूं वी जेड़ा देख लैंदे आ पहले नालों जेड़ा फुल गया है एक बार फिर तो इन्हू जेड़ा इस तरीके नाल मसल लांगे थोड़ा टाइम एक तो दो मिनट लई। इन्ने आटे दे जेड़े असीं दो पिज्जे बना के तैयार करांगे इन्हू दो भागां दे विच जेड़ा बंड लांगे इन्हू साइड ते रख लांगे ढक के ते इहदा जेड़ा पेड़ा बना लांगे। पेड़ा बनाउण तों बाद इस तरीके नाल थोड़ा जिहा जेड़ा असीं आटा पा के इन्हू जेड़ा बेल लांगे ज्यादा पतला नहीं बेलना है। इन्हू डो नू जेड़ा बेल लिया तुसी देख सकते हो इन्ना मोटा जेड़ा इन्हू बेलना है ना ही ज्यादा पतला ना ही ज्यादा मोटा। हुण साइडा ते इहदा जेड़ा इस तरीके नाल उंगलियां नाल गड्ढा जिहा बना लांगे गड्ढा जिहा जेड़ा बना दित्ता है। इस तरीके नाल कांटा चमचा जेड़ा लैके फोक लैके इस तरीके ने छेद कर देंगे ता कि जो सा पिज्जा है वह बिचो जोड़ा है ज्यादा फुले ना छेद जेड़े कर ले इस तरीके जेड़ी प्लेट के बना है उस प्लेट में जोड़ा पहला असं तेल के ग्रीस कर लेंगे चंगे तरीके ने ग्रीस कर लेनी प्लेट जिहड़ी ग्रीस कर ली है। हुण असीं अपने डो नूं जिहड़ा जिहड़ी साइड असीं छेद कीते आ उहनूं उपर रखना है ते दूजी साइड जिहड़ी थल्ले रख देनी इस तरीके दे नाल इहनूं रख देना है। प्लेट दे विच जिहड़ा आपां अपना बेस रख दित्ता है हुण इहदे उपर आपां लावांगे पिज्जा सॉस जिहड़ी असीं हुणे हुणे बनाई है। इस तरीके नाल जिहड़ी पिज्जा सॉस असीं फैला देंगे चंगी तरीके ना तुसी इहदी थां ते जिहड़ी की है टोमैटो कैचअप भी लै सकदे हो पर इहनू तुसी घर दे विच आसानी नाल जिहड़ी बना सकदे हो। दो चम्मच जिहड़ी मैं लगाती है चंगे तरीके ना हुण इहदे उपर दी जिहड़ी असीं वाइट सॉस लगा देंगे पिज्जा सॉस ते वाइट सॉस जिहड़ी मैं चंगे तरीके नाल लगाती है। हुण असीं इहदे उपर जिहड़ी सब्जियां लगावांगे एक टमाटर लिया है इहनू असीं कट लिया है मोटा मोटा एक शिमला मिर्च इनू भी जेड़ा इस तरीके नाल कट लिया है ते एक प्याज लिया है इनू इस तरीके नाल कट लिया हुण असीं इहदे उपर लगा लांगे। थोड़ी जी वाइट सॉस जेड़ी इस तरीके नाल असीं उपरों ते भी पा देंगे वाइट सॉस जेड़ी उपर दी थोड़ी जी होर पाती है। हुण इहदे उपर दी पावांगे थोड़ी जी काली मिर्च जिहड़ी मैं दरदरी कुट ली सी थोड़े जे चिली फ्लेक्स पावांगे इह जिहड़े सुक्कियां मिर्चां नूं जिहड़ा मैं कुट लिया आ। पिज्जा जिहड़ा साडा बिलकुल तैयार है इह हुण असीं इहनूं बेक कर लांगे। ठीक है हुण असीं इहदे विच जिहड़ा पिज्जा रख देंगे बड़ी सावधानी दे नाल रखना है कड़ाही गरम आ इनू ढक के 15 मिनट लई जिहड़ा असीं इनू मीडियम फ्लेम ते उपर इनू बेक कर लांगे। 15 मिनट हो गए पिज्जा जिहड़ा देख लैंदे आ वाओ बिलकुल परफेक्ट तुसीं देख सकदे हो बिलकुल जिहड़ा साडा जिहड़ी असीं वाइट सॉस पाई सी इह चीज़ दी तरह जिहड़ा पिघल गई है। हुण गैस नूं जिहड़ा बंद कर देंगे ते पिज्जे नूं जिहड़ा असीं बड़ी सावधानी दे नाल बाहर कढ लांगे। पिज्जा जिहड़ा कड़ाही चों असीं कढ लिया प्लेट जिहड़ी बहुत गर्म आ इहनू होर प्लेट च असीं इस तरीके नाल खुरचने दे नाल जिहड़ा चक के रख लांगे।
ਤੁਸੀਂ ਦੇਖ ਸਕਦੇ ਹੋ ਪੀਜ਼ਾ ਜਿਹੜਾ ਸਾਡਾ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਬਣਿਆ ਹੈ। ਕੋਈ ਇਹਨੂੰ ਦੇਖ ਕੇ ਕਹਿ ਨਹੀਂ ਸਕਦਾ ਕਿ ਇਹ ਜਿਹੜਾ ਅਸੀਂ ਆਟੇ ਤੋਂ ਬਣਾ ਕੇ ਤਿਆਰ ਕੀਤਾ ਹੈ ਉਹ ਵੀ ਬਿਨਾਂ ਚੀਜ਼ ਦੇ ਇਹਨੂੰ ਅਸੀਂ ਜਿਹੜਾ ਕੜਾਹੀ ਦੇ ਵਿੱਚ ਬਣਾਇਆ ਹੈ। ਹੁਣ ਤੁਹਾਨੂੰ ਮੈਂ ਕੱਟ ਕੇ ਵੀ ਦਿਖਾ ਦਿੰਦੀ ਹਾਂ ਪੀਜ਼ੇ ਨੂੰ ਜਿਹੜਾ ਕੱਟ ਲਾਂਗੇ ਹੁਣ ਇਸ ਤਰੀਕੇ ਨਾਲ ਛੁਰੀ ਦੇ ਨਾਲ ਇਸੇ ਤਰੀਕੇ ਨਾਲ ਦੂਜੇ ਪਾਸੇ ਵੀ ਕੱਟ ਲਾਂਗੇ। ਤੁਸੀਂ ਦੇਖ ਸਕਦੇ ਹੋ ਬੜੇ ਆਰਾਮ ਨਾਲ ਜਿਹੜਾ ਕੱਟ ਹੋ ਰਿਹਾ ਹੈ। ਪੀਜ਼ਾ ਜਿਹੜਾ ਅਸੀਂ ਕੱਟ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਬਣਿਆ ਇਹ ਬਿਲਕੁਲ ਜਿਹੜਾ ਅੰਦਰ ਤੱਕ ਜਿਹੜਾ ਪੱਕ ਗਿਆ ਹੈ। ਥੱਲਿਓ ਵੀ ਤੁਸੀਂ ਇਹਦਾ ਬੇਸ ਜਿਹੜਾ ਦੇਖ ਸਕਦੇ ਹੋ ਬਿਲਕੁਲ ਚੰਗੇ ਤਰੀਕੇ ਦੇ ਨਾਲ ਜਿਹੜਾ ਸਿੱਕ ਗਿਆ ਹੈ। ਕਲਰ ਵੀ ਦੇਖੋ ਕਿੰਨਾ ਵਧੀਆ ਆਇਆ ਹੈ। ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਖਾਇਓ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਰੈਸਪੀ ਕਿਹੋ ਜਿਹੀ ਲੱਗੀ। ਜੇ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਨਾਲ ਹੀ ਬੈਲ ਆਇਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਜਿਹੜੇ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।